ਪਹਿਲੇ ਜਿਸ BRTS ਪ੍ਰੋਜੈਕਟ ਨੂੰ ਨਵਜੋਤ ਸਿੰਘ ਸਿੱਧੂ ਕਦੇ ਰੱਦੀ ਬੋਲਦੇ ਸੀ, ਸੋਮਵਾਰ ਨੂੰ ਉਸੇ ਪ੍ਰੋਜੈਕਟ ਦਾ ਉਹਨਾਂ ਨੇ ਉਦਘਾਟਨ ਕੀਤਾ। ਗੁਰਨਗਰੀ ਅੰਮ੍ਰਿਤਸਰ ਦੇ ਲੋਕਾਂ ਨੂੰ ਕੈਬਨਿਟ ਮੰਤਰੀ ਸਿੱਧੂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਤੋਹਫਾ ਦਿੱਤਾ। ਸਿੱਧੂ ਨੇ ਦੱਸਿਆ ਕਿ BRTS ਪ੍ਰੋਜੈਕਟ ਦੀ ਕੁੱਲ ਲਾਗਤ 545 ਕਰੋੜ ਆਈ ਹੈ ਤੇ ਕੈਪਟਨ ਸਰਕਾਰ ਦੇ ਵਾਅਦੇ ਮੁਤਾਬਕ ਪਹਿਲੇ 3 ਮਹੀਨੇ ਵਿਦਿਆਰਥੀਆਂ ਲਈ ਇਹ ਸੇਵਾ ਮੁਫ਼ਤ ਰਹੇਗੀ। ਉਹਨਾਂ ਦੱਸਿਆ ਕਿ ਬੱਸ ਦਾ ਘੱਟੋ ਘੱਟ ਕਿਰਾਇਆ 5 ਰੁਪਏ ਹੋਵੇਗਾ, ਜਿਸ ਵਿੱਚ 3 ਕਿਲੋਮੀਟਰ ਤੱਕ ਦਾ ਸਫ਼ਰ ਕੀਤਾ ਜਾ ਸਕੇਗਾ। ਪੂਰੇ ਦਿਨ ਦੇ ਪਾਸ ਦੀ ਸੁਵਿਧਾ 25 ਰੁਪਏ ਵਿੱਚ ਮੁਹੱਈਆ ਕਰਵਾਈ ਜਾਵੇਗੀ। ਇਸਦੇ ਨਾਲ ਹੀ ਸਕੂਲ ਕਾਲਜ ਦੇ ਵਿਦਿਆਰਥੀਆਂ ਨੂੰ 66%, ਬਜ਼ੁਰਗਾਂ ਨੂੰ 50% ਤੇ ਸਰੀਰਕ ਤੌਰ ਤੋਂ ਅਸਮਰਥ ਵਿਅਕਤੀਆਂ ਨੂੰ ਵੀ ਵਿਸ਼ੇਸ਼ ਛੋਟ ਮਿਲੇਗੀ। ਜਿੱਥੇ ਨਵਜੋਤ ਸਿੱਧੂ ਆਪਣੀ ਸਰਕਾਰ ਦੀਆਂ ਤਾਰੀਫਾਂ ਕਰਦੇ ਸਾਹ ਨਹੀਂ ਲੈਂਦੇ, ਉੱਥੇ ਹੀ ਰੇਹੜੀ ਫੜੀ ਵਾਲਿਆਂ ਵੱਲੋਂ ਉਨ੍ਹਾਂ ਖਿਲਾਫ ਖਾਲੀ ਪਲੇਟਾਂ ਖੜਕਾ ਕੇ ਪ੍ਰਦਰਸ਼ਨ ਕੀਤਾ ਗਿਆ। ਸਾਨੂੰ ਦੱਸ ਦਈਏ ਕਿ ਕੈਪਟਨ ਸਰਕਾਰ ਨੇ ਇੱਕ ਨਵਾਂ ਟੈਕਸ ਲਗਾਇਆ, ਜਿਸ ਮੁਤਾਬਿਕ ਜੋ ਵੀ 1500 ਰੁਪਏ ਮਹੀਨੇ ਟੈਕਸ ਦੇਵੇਗਾ ਉਹੀ ਫੁੱਟਪਾਥ ਤੇ ਰੇਹੜੀ ਲਗਾ ਸਕੇਗਾ। ਰੇਹੜੀ ਫੜੀ ਵਾਲਿਆਂ ਨੇ ਸਰਕਾਰ ਨੂੰ ਇਹ ਟੈਕਸ ਵਾਪਸ ਲੈਣ ਦੀ ਮੰਗ ਕੀਤੀ ਹੈ। ਅੱਜ ਦਾ ਜਿਹੜਾ ਪ੍ਰੋਟੈਸਟ ਆ ਜੀ, ਉਹਦਾ ਕਾਰਨ ਆ ਕਿ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਵਿੱਚ ਜੋ ਮਜ਼ਦੂਰ ਲੋਕ ਆਪਣੀ ਰੋਜ਼ੀ ਰੋਟੀ ਕਮਾਉਂਦੇ ਆ, ਉਹਨਾਂ ਦਾ ਕਿੱਤਾ ਵੱਖ ਵੱਖ ਆ। ਕੋਈ ਮਜ਼ਦੂਰੀ ਕਰਦਾ, ਕੋਈ ਦਿਹਾੜੀ ਕਰਦਾ, ਕੋਈ ਰੇਹੜੀ ਲਾਉਂਦਾ, ਕੋਈ ਚਾਹ ਦੀ ਰੇਹੜੀ, ਕੋਈ ਫਰੂਟ ਦੀ ਰੇਹੜੀ। ਸਾਡੇ ਅੰਮ੍ਰਿਤਸਰ ਦੇ ਜਿਹੜੇ ਨਗਰ ਨਿਗਮ ਦੇ ਪ੍ਰਸ਼ਾਸਨ ਅਧਿਕਾਰੀ ਜੋ ਕਿ ਰਿੰਟੂ ਜਿਹੜੇ ਬਣੇ ਆ ਸਾਡੇ ਅੰਮ੍ਰਿਤਸਰ ਦੇ ਮੇਅਰ ਸਾਹਿਬ, ਉਹਨਾਂ ਦੇ ਔਰ ਸਿੱਧੂ ਕੈਪਟਨ ਦੇ ਦੇਸ਼ਾਂ ਨਿਰਦੇਸ਼ਾਂ ਤਹਿਤ ਜੋ ਕਿ ਇਹ ਪ੍ਰੋਗਰਾਮ ਉਹਨਾਂ ਨੇ ਸਾਡੀ ਰੋਟੀ ਰੋਜ਼ੀ ਖੋਣ ਦਾ ਜਿਹੜਾ ਬਣਾਇਆ, ਅਸੀਂ ਉਹਦਾ ਡਟ ਕੇ ਵਿਰੋਧ ਕਰਦੇ ਹਾਂ ਕਿ ਅਸੀਂ ਗਰੀਬ ਲੋਕ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦੇ ਹਾਂ, ਨਾ ਕਿ ਕੋਈ ਚੋਰੀ ਠੱਗੀ ਡਾਕਾ ਮਾਰਦੇ ਹਾਂ। ਅਸੀਂ ਆਪਣੀ ਮਿਹਨਤ ਕਰਕੇ ਆਪਣਾ ਪਰਿਵਾਰ ਪਾਲਦੇ ਹਾਂ ਔਰ ਇਹ ਲੋਕ ਰੇਹੜੀ ਫੜੀ ਯੂਨੀਅਨ ਵਾਲੇ 50-50 ਸਾਲ ਤੋਂ ਵੱਧ ਸਮਾਂ ਹੋ ਗਿਆ ਇਹਨਾਂ ਨੂੰ, ਬੱਸ ਸਟੈਂਡ ਦੇ ਆਲੇ ਦੁਆਲੇ ਜਿੱਥੇ ਜਿੱਥੇ ਵੀ ਇਹਨਾਂ ਦੇ ਕੋਲੇ ਜਗ੍ਹਾ ਹੈਗੀ ਆ, ਇਹ ਆਪਣੀ ਜਗ੍ਹਾ ਲੈ ਕੇ ਆਪਣੇ ਇਹਨਾਂ ਨੇ ਰੇਹੜੀ ਫੜੀ ਲਾ ਕੇ, ਫਰੂਟ ਲਾ ਕੇ ਇਹ ਸਮਾਜ ਦੇ ਲੋਕਾਂ ਦਾ ਜਿਹੜਾ ਵਾ ਇਹ ਆਪਣਾ ਪਰਿਵਾਰ ਪਾਲਦੇ ਆ। ਅਤੇ ਇਹ ਸਾਡੀ ਸਰਕਾਰ ਨੇ ਪ੍ਰਣ ਕਰ ਲਿਆ ਕਿ ਅਸੀਂ ਇਹਨਾਂ ਨੂੰ ਇੱਥੋਂ ਰੇਹੜੀ ਲੱਗਣ ਨਹੀਂ ਦੇਣੀ, ਇਹਨਾਂ ਦਾ ਕਾਰੋਬਾਰ ਬੰਦ ਕਰਨ ਜਾ ਰਹੇ ਆ। ਇਸ ਕਰਕੇ ਅੱਜ ਦਾ ਜਿਹੜਾ ਅਸੀਂ ਅਮਨ ਪੂਰਵਕ ਸ਼ਾਂਤੀ ਦੇ ਨਾਲ ਪੰਜਾਬ ਦੀ ਸਰਕਾਰ ਨੂੰ ਅਤੇ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੂੰ ਪੁਰਜ਼ੋਰ ਸ਼ਬਦਾਂ 'ਚ ਬੇਨਤੀ ਕਰਦੇ ਹਾਂ ਕਿ ਇਹ ਗਰੀਬ ਪਰਿਵਾਰ ਜਿੱਥੇ ਜਿੱਥੇ ਵੀ ਬੈਠੇ ਆ, ਇਹਨਾਂ ਨੂੰ ਆਪਣੀ ਰੋਟੀ ਰੋਜ਼ੀ ਕਮਾਉਣ ਦਾ ਹੱਕ ਦਿੱਤਾ ਜਾਵੇ। ਜੋ ਨਗਰ ਨਿਗਮ ਕੇ ਅਧਿਕਾਰੀ ਹੈ ਉਹ ਰੇਹੜੀ ਫੜੀ ਵਾਲੋਂ ਕੇ ਸਾਥ ਜੋ ਅਤਿਆਚਾਰ ਕਰ ਰਹੇ ਹੈ, ਉਸਕੇ ਸੰਬੰਧੀ ਆਜ ਰੇਹੜੀ ਫੜੀ ਵਾਲੋਂ ਨੇ ਆਜ ਯਹਾਂ ਪੇ ਪ੍ਰਦਰਸ਼ਨ ਕੀਆ ਹੈ, ਨਵਜੋਤ ਸਿੰਘ ਸਿੱਧੂ ਕੇ ਖਿਲਾਫ ਧਰਨੇ ਪੇ ਬੈਠੇ ਹੈ। ਅਗਰ ਵੀ ਆਜ ਵੀ ਹਮਾਰੀ ਮਾਂਗੇ ਪੂਰੀ ਨਾ ਕੀ ਗਈ ਤੋ ਹਮਾਰਾ ਸੰਘਰਸ਼ ਔਰ ਵੀ ਬੜੇਗਾ। ਸਰਕਾਰ ਕੋ ਕੀ ਮੰਗ ਕਰਦੇ ਹੋ? ਮੰਗ ਹਮਾਰੀ ਯਹੀ ਹੈ ਕਿ ਜੋ ਧੱਕੇਸ਼ਾਹੀ ਹੈ ਵੋ ਬੰਦ ਕਰੇ, ਜੋ ਅਨੁਸ਼ਾਸਨਿਕ ਤੌਰ ਪੇ ਹਮਾਰੇ ਸਾਥ ਜੋ ਬੈਠ ਕੇ ਬਾਤ ਕਰੇ ਜੋ ਫੈਸਲਾ ਹੋ ਸਕੇ। ਇੱਕ ਪਾਸੇ ਲੋਕਾਂ ਨੂੰ ਮੈਟਰੋ ਬੱਸ ਸੇਵਾ ਤੇ ਦੂਜੇ ਪਾਸੇ ਰੇਹੜੀ ਫੜੀ ਵਾਲਿਆਂ ਤੋਂ ਮਹੀਨਾ ਟੈਕਸ ਲੈਣਾ, ਵਾਕਈ ਨਈ ਰੀਸਾਂ ਕੈਪਟਨ ਦੇ ਸਿੱਧੂ ਦੀਆਂ। ਇੱਕ ਪਾਸੇ ਤੋਹਫਾ ਦੇ ਕੇ ਦੂਜੇ ਹੱਥੋਂ ਖੋਣਾ, ਫਿਰ ਸਿੱਧੂ ਕਹਿੰਦੇ ਨੇ ਮਿੱਤਰਾਂ ਦਾ ਨਾਂ ਚੱਲਦਾ।
ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਤੇ ਲਲਿਤ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।